ले लो परचे 500 बंदे दे ले लो। जे उरी मां दी आत्मा ते प्यो दी आत्मा थरप रही है ते वो कह रहे सानू इंसाफ नहीं मिलिया। हर व्यक्ति का हक है कि मैं बयान करदा कि फलाने बंदे नू नामजद किया जाए। सिद्धू मूसेवाला जी के माता पिता ने मिला मान साहब ने भेजा। मान साहब ने कहा कि पूरा इंसाफ देंगे। 20 तारीख तो बाद मान साहब के नाल उस परिवार की मीटिंग हो। असीं जदों सारा काम कर रहे हैं हजारों लोगों की लाशां ते सियासत की है। स्टेट दे विच माहौल खराब करदे आ कि जदों सिक्योरिटी मिले या सिक्योरिटी विड्रॉ होवे ਉਹ ਪਬਲਿਕ ਡੋਮੇਨ ਦੇ ਵਿੱਚ ਤਾਂ ਆ ਹੀ ਜਾਣਾ ਹੁੰਦਾ। ਇਹ 'ਚ ਕੋਈ ਲੰਬਾ ਚੌੜਾ ਰਾਕਟ ਸਾਇੰਸ ਨਹੀਂ ਹੈਗਾ। ਇੱਕ ਸੈਕਿੰਡ, ਇੱਕ ਮਿੰਟ, ਜਿਹੜੇ ਦੋ ਬੰਦੇ ਉਹਨਾਂ ਕੋਲ ਸੀਗੇ ਉਹ ਕਿਹੜਾ ਸਰ ਉਹ ਲੈ ਕੇ ਗਏ? ਯੂ ਆਸਕ ਹਿਸ ਪੇਰੈਂਟਸ ਓਨਲੀ। ਦੋ ਗਨਮੈਨ ਉਹਨਾਂ ਕੋਲ ਉਸ ਦਿਨ ਵੀ ਸੀਗੇ। ਤੁਸੀਂ ਬੈਠੋ ਬੈਠੋ, ਹਲੋ ਵੀ ਤੁਹਾਨੂੰ ਮੌਕਾ ਮਿਲੂਗਾ, ਗੱਦ ਬੋਲੇ ਤੁਹਾਨੂੰ ਮੌਕਾ, ਗੱਦ ਬੋਲਦੇ। ਮੈਂ ਕਿਹਾ ਕਿਸੇ ਨੇ, ਮੈਂ ਯਾਰ ਵਾਪਸ ਇਹਨੂੰ ਮੈਂ ਕੀ ਆਖਿਆ ਤੁਹਾਡੀ ਗੱਲ? ਉਹ ਮੈਂ ਇਹ ਨਹੀਂ ਆਖਿਆ ਭਾਈ ਵੀ ਤੂੰ ਮਰਵਾ ਦੇ, ਮੈਂ ਨਹੀਂ ਆਖਿਆ। ਉਹ ਨੌਜਵਾਨ ਦਾ ਜਿਹੜਾ ਇਸ ਤਰ੍ਹਾਂ ਕਤਲ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਸੀ। ਪਰ ਸਰ ਮੈਂ ਸਾਡੇ ਆਪੋਜੀਸ਼ਨ ਦੇ ਸਾਥੀਆਂ ਨੂੰ ਇਹ ਪੁੱਛਣਾ ਚਾਹਣਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਕਿਤੇ ਸਾਜੁਕ ਸੀ? ਸਰ ਵੱਡੀ ਗੱਲ ਇਹ ਹੈ, ਕਤਲ ਇਹਨਾਂ ਸਮੇਂ ਵੀ ਹੁੰਦੇ ਰਹੇ ਹੈ, ਪਰ ਵੱਡੀ ਗੱਲ ਇਹ ਹੈ ਕਿ ਇਹਨਾਂ ਦੇ ਸਮੇਂ, ਮੈਂ ਪਿਛਲੇ ਸਾਲ 5 ਸਾਲ ਵਿਧਾਨ ਸਭਾ ਦਾ ਮੈਂਬਰ ਰਿਹਾ, ਤੁਸੀਂ ਵੀ ਰਹੋ ਸਰ, ਰੋਜ਼ ਇੱਥੇ ਇਲਜ਼ਾਮ ਲੱਗਦੇ ਸੀ, ਉੱਧਰ ਲੇਧਰ ਲਾਉਂਦੇ ਸੀ ਵੀ ਤੇਰੀ ਫਲਾਣਾ ਗੈਂਗਸਟਰ ਦੀ ਤੂੰ ਪੁਸ਼ਤ ਪਣਾਹੀ ਕਰਦਾ ਰਿਹਾ, ਤੇਰੀ ਫਲਾਣੇ ਨਾਲ ਸਾਂਝ ਹੈ। ਸਾਡੇ ਸਰ ਇੱਕ ਵਾਰ ਕਿਸੇ ਵਾਲੇ ਉਂਗਲ ਕਰਕੇ ਨਹੀਂ ਕਹਿ ਸਕਦੇ ਭਾਈ ਤੁਸੀਂ ਕਿਸ ਨੂੰ ਪੁਸ਼ਤ ਪਣਾਹੀ ਕਰਦੇ ਹੋ। ਹਾਂ, ਕੰਟੀਨਿਊ ਕਰੋ ਜੀ। ਸਰ ਇਸ ਤਰ੍ਹਾਂ ਹੈ ਕਿ ਸਿੱਧੂ ਮੂਸੇਵਾਲਾ ਮਰਡਰ ਕੇਸ ਦੇ ਵਿੱਚ ਟੋਟਲ 40 ਬੰਦੇ ਹੁਣ ਤੱਕ ਨੋਮੀਨੇਟ ਹੋਏ ਨੇ, ਉਹਦੇ ਵਿੱਚੋਂ 29 ਨੇ ਜਿਹੜੇ ਉਹ ਆਲਰੇਡੀ ਅਰੈਸਟ ਹੋ ਚੁੱਕੇ ਨੇ, 2 ਨੂੰ ਐਨਕਾਊਂਟਰ ਦੇ ਵਿੱਚ ਪੰਜਾਬ ਪੁਲਿਸ ਐਲੀਮੀਨੇਟ ਕਰ ਚੁੱਕੀ ਹੈ। ਸਰ ਜਿਹੜੇ 9 ਵੱਜਦੇ ਨੇ ਉਹਨਾਂ ਦੇ ਵਿੱਚੋਂ 6 ਨੇ ਜਿਹੜੇ ਉਹ ਬਾਹਰ ਨੇ, ਦਾ ਨਾਮ ਹੈ ਜਿਹੜਾ ਉਹ ਚਲਾਨ ਦੇ ਵਿੱਚ ਆ ਚੁੱਕਿਆ। ਜਿਹੜੇ ਬਾਕੀ 3 ਵੱਜਦੇ ਨੇ ਉਹਨਾਂ ਦਾ ਰੋਲ ਹੈ ਜਿਹੜਾ ਉਹ ਅੰਡਰ ਇਨਵੈਸਟੀਗੇਸ਼ਨ ਹੈ। ਆਲਰੇਡੀ 2 ਜਿਹੜੇ ਉਹਦੇ ਚਲਾਨ ਨੇ ਉਹ ਪੇਸ਼ ਹੋ ਚੁੱਕੇ ਨੇ, ਔਰ ਸਰ 2-4 ਸ਼ੀਟਸ ਨੇ ਜਿਹੜੀਆਂ ਉਹ ਪ੍ਰਜੈਂਟ ਹੋ ਚੁੱਕੀਆਂ ਨੇ। ਸਰ ਗੋਲਡੀ ਬਰਾੜ ਜਿਹੜਾ ਕਿ ਕੈਨੇਡਾ ਦੇ ਵਿੱਚ ਬੈਠ ਕੇ ਜਿਹਨੇ ਜ਼ਿੰਮੇਵਾਰੀ ਲਈ ਸੀਗੀ, ਉਹਦਾ ਐਕਸਟ੍ਰੈਡੀਸ਼ਨ ਪ੍ਰੋਸੈਸ ਹੈ ਜਿਹੜਾ ਉਹ ਸਟੇਟ ਗਵਰਨਮੈਂਟ ਡਾਇਰੈਕਟ ਨਹੀਂ ਕਰ ਸਕਦੀ ਹੈਗੀ, ਉਹ ਸੈਂਟਰਲ ਗਵਰਨਮੈਂਟ ਦੇ ਥਰੂ ਆਉਂਦਾ, ਉਹ ਪ੍ਰੋਸੈਸ ਚੱਲ ਰਿਹਾ। ਸਚਿਨ ਬਿਸ਼ਨੋਈ ਨਾਮ ਦਾ ਇੱਕ ਹੋਰ ਕਲਪਰੇਟ ਹੈ, ਐਕਿਊਜ਼ਡ ਹੈ ਇਸ ਵਿੱਚ, ਉਹ ਅਜ਼ਰਬੈਜਾਨ ਦੇ ਵਿੱਚ ਆਲਰੇਡੀ ਡਿਟੇਨ ਹੈ ਜਿਹੜਾ ਉਹ ਹੋ ਚੁੱਕਿਆ। ਸਰ ਮੇਰੇ ਕਹਿਣ ਦਾ ਮਤਲਬ ਹੈ ਕਿ ਇਸ ਤੋਂ ਵੱਧ ਨੋ ਡਾਊਟ, ਮੈਂ ਫਿਰ ਦੁਬਾਰਾ ਰਿਪੀਟ ਕਰਦਾ ਕਿ ਉਹੋ ਜਿਹਾ ਅਸਹਿ ਅਤੇ ਅਖਹਿ ਦੁੱਖ ਹੈ ਜਿਹੜਾ ਉਹ ਕਿਸੇ ਮਾਪੇ ਨੂੰ, ਕਿਸੇ ਪਰਿਵਾਰ ਨੂੰ ਪਰਮਾਤਮਾ ਨਾ ਦੇਵੇ, ਪਰ ਐਜ਼ ਏ ਸਟੇਟ ਗਵਰਨਮੈਂਟ ਸਰ ਇਹਦੇ ਤੋਂ ਵੱਧ ਹੋਰ ਸਰਕਾਰ ਕੀ ਕਰ ਸਕਦੀ ਹੈ? ਸਰ 2 ਮਹੀਨਿਆਂ ਦੇ ਵਿੱਚ ਹੀ ਜਿਹੜੇ ਗੈਂਗਸ ਨੇ ਜਾਂ ਗੈਂਗਸ ਵਾਰ ਨੇ, 16 ਮਾਰਚ ਨੂੰ ਸਾਡੀ ਸਰਕਾਰ ਬਣੀ, 29 ਮਈ ਨੂੰ ਇਹ ਭਾਣਾ ਵਾਪਰ ਗਿਆ। ਸਰ 2 ਮਹੀਨਿਆਂ ਦੇ ਵਿੱਚ ਹੀ ਤਾਂ ਪੰਜਾਬ ਦੇ ਵਿੱਚ ਗੈਂਗਸਟਰ ਅਤੇ ਗੈਂਗ ਵਾਰਾਂ ਨਹੀਂ ਨਾ ਸ਼ੁਰੂ ਹੋ ਗਈਆਂ? ਸਰ ਇਹ ਪਿਛਲੇ ਲੰਬੇ ਸਮੇਂ ਤੋਂ ਇਹ ਚੱਲਦਾ ਆ ਰਿਹਾ ਸੀਗਾ, ਜਿਹਦੇ ਅਸੀਂ ਕੰਡੇ ਚੁਗਣ ਲੱਗੇ ਹੋਏ। ਔਰ ਸਭ ਤੋਂ ਸਰ ਇੰਪੋਰਟੈਂਟ ਗੱਲ ਆ, ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਜਿੰਨੇ ਇੰਪੋਰਟੈਂਟ ਜਿਹੜੇ ਸੈਂਸੇਸ਼ਨਲ ਮਰਡਰਸ ਹੋਏ, ਚਾਹੇ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਈਏ, ਚਾਹੇ ਸੰਦੀਪ ਨੰਗਲ ਅੰਬੀਆ ਦੀ ਗੱਲ ਕਰ ਲਈਏ, ਚਾਹੇ ਪ੍ਰਦੀਪ ਪ੍ਰੇਮੀ ਦੀ ਗੱਲ ਕਰ ਲਈਏ, ਸਰ ਇਹਦੇ ਵਿੱਚ ਜਿਹੜੇ ਸ਼ੂਟਰ ਸੀਗੇ ਸਰ ਉਹ ਕਿੱਥੋਂ ਆਏ? ਸੋਚਣ ਵਾਲੀ ਗੱਲ ਸਰ ਇਹ ਹੈ, ਸਰ ਉਹ ਨਾਲ ਦੀਆਂ ਇੱਕ ਮਿੰਟ ਰਿਹਾ ਵਸਾ ਲੈਟ ਮੀ ਕੰਪਲੀਟ ਸਰ ਉਹਦੇ ਵਿੱਚ ਇਹ ਜਿਹੜੇ ਜਿੰਨੇ ਸ਼ੂਟਰ ਸੀਗੇ ਸਰ ਇਹਨਾਂ 'ਚੋਂ ਬਹੁਤੇ ਸੀ ਜਿਹੜੇ ਜੁਵੇਨਾਈਲ ਸੀਗੇ, 18 ਸਾਲ ਤੋਂ ਘੱਟ ਉਮਰ ਦੀ ਸੀਗੀ, ਅਤੇ ਨੇਬਰਿੰਗ ਸਟੇਟਸ ਦੇ ਵਿੱਚੋਂ, ਹਰਿਆਣੇ ਦੇ ਵਿੱਚੋਂ ਆਏ। ਸਰ ਨਾਲ ਦੇ ਸਾਡੇ ਗੁਆਂਢੀ ਸੂਬੇ ਨੇ ਜਿਹੜੇ ਉਹ ਗੈਂਗਸਟਰਸ ਦੇ ਬਰੀਡਿੰਗ ਗਰਾਊਂਡ ਬਣੇ ਪਏ ਨੇ, ਉਹ ਉੱਥੋਂ ਆਉਂਦੇ ਨੇ ਇੱਥੇ ਵਾਰਦਾਤ ਕਰਕੇ ਨਿਕਲ ਜਾਂਦੇ ਨੇ, ਸਰ ਫਿਰ ਵੀ ਪੰਜਾਬ ਸਰਕਾਰ ਨੇ ਔਰ ਪੰਜਾਬ ਪੁਲਿਸ ਨੇ ਬੜੀ ਦਲੇਰੀ ਦੇ ਨਾਲ ਇਹ ਉੱਪਰ ਕੰਮ ਕੀਤਾ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਪਿਛਲੇ ਸਮਿਆਂ ਦੇ ਵਿੱਚ ਜੋ ਹੈ ਅਸੀਂ ਉਹਨੂੰ ਕੰਟਰੋਲ ਕਰਨ ਲੱਗੇ ਹੋਏ ਹਾਂ, ਔਰ ਇੱਕ ਲੰਬੀ ਲਿਸਟ ਹੈ ਕਿ ਕਿੰਨੇ ਗੈਂਗਸਟਰਸ ਫੜੇ ਗਏ, ਕਿੰਨੇ ਐਲੀਮੀਨੇਟ ਹੋ ਗਏ,
किन्ने किन्ने दे चलान पेश हो गए, किन्ने ड्रग्स असीं फड़ ले। सर ये जो कैंसर फैल जाता है ना जी, वह हौली हौली फैलने जी समा लगता है, खत्म होने जी समा लगता है। यह जी गल्लां बार बार करके एक मिनट रंधावा साहब यह जी गल्लां देखो बार बार करके ना जी, आप स्टेट दे विच माहौल खराब करते हैं, इनवैसटमेंट का माहौल खराब करते, एक डर का माहौल पैदा करते हैं। कृपा करके जिम्मेवार ओपोजिशन होने के नाते यह जहाँ कम ना करो, मेरी तो यही बेनती। थैंक यू बाजवा जी। बाजवा साहब खड़े वेखो, असी एक मिनट जी गल राजा जी, बाजवा जी बेसे गल हुई है सिक्योरिटी लैप्स की लीक की, तुसीं की कीता की नहीं कीता, वी आर नॉट क्वेश्चनिंग दैट। बेसिक गल यह है कि सीएमओ च मीडिया एडवाइजर टू द सीएमओ साहब बलतेज सिंह पन्नू का ट्वीट है 28/5/22 का, जिदे विच उह कहिंदे सुखदेव ढींसा कुलजीत सिंह नागरा आ चुकिया। सर ना नहीं जवाब नहीं दिता, गल वह हो रही है कि ओदी लीकेज तो बाद जो ये फेसबुक से सीएम दे चढ़िया, उस तो बाद गोल्डी बराड़ की इनवेस्टिगेशन च आया, उहदे गल कही ਅਸੀਂ ਆਪਣੇ ਸ਼ੂਟਰਸ ਦੇ ਗੱਲ ਕਹੀ। ਨਾਓ ਇਜ਼ ਦੀ ਟਾਈਮ ਟੂ ਸਟ੍ਰਾਈਕ, ਨਾਓ ਇਜ਼ ਦੀ ਟਾਈਮ ਟੂ ਸਟ੍ਰਾਈਕ, ਉਦੋਂ ਮਾਰਿਆ ਗਿਆ ਜੀ। ਥੈਂਕ ਯੂ ਰਾਜਾ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ ਬਾਜਵਾ ਜੀ, ਥੈਂਕ ਯੂ ਬਾਜਵਾ ਜੀ, ਥੈਂਕ ਯੂ ਬਾਜਵਾ ਜੀ। ਰੰਧਾਵਾ ਸਾਹਿਬ ਰਾਜਾ ਜੀ ਨੂੰ ਦਿੱਤਾ ਸੀ ਟਾਈਮ, ਠੀਕ ਰੰਧਾਵਾ ਜੀ ਹੁਣ ਬੋਲ ਰਹੇ ਆ ਗਈ ਜੀ ਗੱਲ, ਤੁਹਾਡੀ ਗੱਲ ਆ ਗਈ ਬਾਜਵਾ ਸਾਹਿਬ, ਆ ਗਈ ਤੁਹਾਡੀ ਗੱਲ ਰੰਧਾਵਾ ਸਾਹਿਬ, ਠੀਕ ਹੈ ਜੀ ਬਾਜਵਾ ਜੀ। ਸਪੀਕਰ ਸਾਹਿਬ ਅਮਨ ਜੀ ਇੱਕ ਮਿੰਟ ਅੱਗੇ, ਮੰਤਰੀ ਜੀ ਇਕੱਠਿਆਂ ਦੋਵਾਂ ਦਾ ਇਕੱਠਾ ਹੀ ਜਵਾਬ ਦੇ ਦਿਓ, ਮੰਤਰੀ ਜੀ ਅੱਗੇ ਚੱਲਣ ਦਿਓ, ਇੱਕ ਮਿੰਟ ਹੁਣ ਮੈਨੂੰ, ਠੀਕ ਹੈ ਜੀ ਤੁਹਾਡੀ ਗੱਲ ਦਾ ਜਵਾਬ ਦਿੰਦੇ ਮੰਤਰੀ ਜੀ, ਮੰਤਰੀ ਜੀ ਬੈਠੋ ਹੁਣ ਰੰਧਾਵਾ ਸਾਹਿਬ, ਹੁਣ ਮੰਤਰੀ ਜੀ ਖੜੇ ਹੋ ਗਏ, ਮੰਤਰੀ ਜੀ ਸਪੀਕਰ ਸਾਹਿਬ, ਸਪੀਕਰ ਸਾਹਿਬ ਇਸ ਤਰ੍ਹਾਂ ਕਿ ਬਾਜਵਾ ਸਾਹਿਬ ਨੇ ਗੱਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ 'ਚ ਅਨਾਊਂਸਰ, ਇਸ ਤਰ੍ਹਾਂ ਹੁੰਦਾ ਕਿ ਜਦੋਂ ਸਿਕਿਉਰਿਟੀ ਮਿਲੇ ਜਾਂ ਸਿਕਿਉਰਿਟੀ ਵਿਦਡਰਾਅ ਹੋਵੇ ਉਹ ਪਬਲਿਕ ਡੋਮੇਨ ਦੇ ਵਿੱਚ ਤਾਂ ਆ ਹੀ ਜਾਣਾ ਹੁੰਦਾ, ਇਹ 'ਚ ਕੋਈ ਲੰਬਾ ਚੌੜਾ ਰੋਕਟ ਸਾਇੰਸ ਨਹੀਂ ਹੈਗਾ। ਇੱਕ ਸੈਕਿੰਡ, ਔਰ ਦੂਜੀ ਗੱਲ ਬਾਜਵਾ ਸਾਹਿਬ ਮੈਨੂੰ ਤਾਂ ਬੋਲ ਲੈਣ ਦਿਓ ਜੀ, ਬਾਜਵਾ ਸਾਹਿਬ ਬੋਲ ਤਾਂ ਲੈਣ ਦਿਓ ਜੀ, ਸਰ ਇੱਕ ਮਿੰਟ ਬੋਲ ਤਾਂ ਲੈਣ ਦਿਓ ਮੰਤਰੀ ਜੀ, ਸਰ ਇੱਕ ਮਿੰਟ ਬੋਲ ਤਾਂ ਲੈਣ ਦਿਓ ਮੰਤਰੀ ਜੀ, ਸਰ ਲੈਟ ਮੀ ਸਪੀਕ ਜੀ, ਸਪੀਕਰ ਸਾਹਿਬ ਸਪੀਕਰ ਸਾਹਿਬ ਨੰਬਰ ਇੱਕ ਸਰ ਸਪੀਕਰ ਸਾਹਿਬ ਇਸ ਤਰ੍ਹਾਂ, ਇੱਕ ਮਿੰਟ ਬਾਜਵਾ ਜੀ, ਬਾਜਵਾ ਸਾਹਿਬ ਇੱਕ ਮਿੰਟ ਸਪੀਕਰ ਸਾਹਿਬ ਇਸ ਤਰ੍ਹਾਂ ਕਿ ਨੰਬਰ ਦਾ ਇੱਕ ਥੋੜ੍ਹਾ ਜਿਹਾ ਮਿਸਗਾਈਡ ਕਰ ਰਹੇ ਨੇ, ਉਹ ਸਿਕਿਉਰਿਟੀ ਪੂਰੀ ਵਿਦਡਰਾਅ ਨਹੀਂ ਹੋਈ ਸੀਗੀ, ਉਹ ਪਾਰਸ਼ਲ, ਕਿਉਂਕਿ ਮੈਨੂੰ ਲੱਗਦਾ ਪਹਿਲਾਂ 4 ਬੰਦੇ ਸੀਗੇ ਔਰ 2 ਬੰਦੇ ਵਿਦਡਰਾਅ ਸੀ। ਸਰ ਅਗਲੀ ਗੱਲ ਜਿਹੜੇ 2 ਬੰਦੇ ਸੀਗੇ, ਸਰ ਇੱਕ ਮਿੰਟ, ਜਿਹੜੇ 2 ਬੰਦੇ ਉਹਨਾਂ ਕੋਲ ਸੀਗੇ ਉਹ ਕਿਹੜਾ ਸਰ ਉਹ ਲੈ ਕੇ ਗਏ, ਸਰ ਸਿੱਧੂ ਮੂਸੇਵਾਲਾ ਜੀ ਕੋਲ, ਸਾਡਾ ਛੋਟਾ ਭਰਾ ਸੀ ਸਾਰੇ, ਅਸੀਂ ਵੀ ਉਹਦੇ ਫੈਨ ਆ, ਅਸੀਂ ਵੀ ਉਹਦੇ ਗਾਣਿਆਂ ਦੇ ਫੈਨ ਆ, ਪਰ ਸਵਾਲ ਇਹ ਹੈ ਕਿ ਜਿਹੜੇ 2 ਗਨਮੈਨ ਉਹਨਾਂ ਕੋਲ ਸੀਗੇ ਉਹ ਕਿਹੜਾ ਲੈ ਕੇ ਗਏ, ਉਹਨਾਂ ਕੋਲ ਬੁਲਟ ਪਰੂਫ ਗੱਡੀ ਸੀਗੀ ਉਹ ਕਿਹੜਾ ਲੈ ਕੇ ਗਏ। ਸੋ ਮੇਰੇ ਕਹਿਣ ਦਾ ਮਤਲਬ ਹੈ ਬਿਨਾਂ ਗੱਲ ਦਾ ਤੁਸੀਂ ਸੁਣੋ ਮੇਰੀ ਗੱਲ, ਜੋ 2 ਗਨਮੈਨ ਉਹਨਾਂ ਕੋਲ ਉਸ ਦਿਨ ਵੀ ਸੀਗੇ, ਲਿਸਨ ਯੂ ਆਸਕ ਹਿਸ ਪੇਰੈਂਟਸ ਓਨਲੀ, 2 ਗਨਮੈਨ ਉਹਨਾਂ ਕੋਲ ਉਸ ਦਿਨ ਵੀ ਸੀਗੇ, ਉਹਨਾਂ ਕੋਲ ਉਸ ਦਿਨ ਬੁਲਟ ਪਰੂਫ ਗੱਡੀ ਵੀ ਸੀਗੀ ਉਹ ਤਾਂ ਲੈ ਕੇ ਨਹੀਂ ਗਏ। ਸਰ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਬਿਨਾਂ ਗੱਲ ਤੋਂ ਹਾਊਸ ਨੂੰ ਗੁਮਰਾਹ ਕਰ ਰਹੇ ਨੇ, ਬਿਨਾਂ ਗੱਲ ਤੋਂ ਪੰਜਾਬ ਦੇ ਵਿੱਚ ਇਹ ਨਫ਼ਰਤ ਦੇ ਬੀਜ ਬੀਜ ਰਹੇ ਨੇ, ਸਰ ਬਿਨਾਂ ਗੱਲ ਤੋਂ ਸਾਰੇ ਨਫ਼ਰਤ ਦੇ ਬੀਜ ਬੀਜ ਰਹੇ ਨੇ। ਧਾਲੀਵਾਲ ਸਾਹਿਬ ਕੁਝ ਕਹਿਣਾ ਚਾਹੁੰਦੇ ਆ, ਧਾਲੀਵਾਲ ਸਾਹਿਬ ਸਰ ਉਹ ਫੈਸਲਾ ਕਰ ਲਓ, ਤੁਸੀਂ ਕਿਹਨੇ ਬੋਲਣਾ, ਫੈਸਲਾ ਤਾਂ ਕਰ ਲਓ, ਗਲਤ ਬੋਲਦੇ
मौका मिलूगा बैठो 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 तालिया साहब बैठो अमरिंदर सिंह राजा विंग बैठो जी बैठो बैठो राजा जी बोलो बोलो जी बोलो स्पीकर साहब बैठो जी तुसी बैठो बैठो तुसी बैठो तालिया साहब बैठो तालिया साहब तुसी कृपा करके बैठो जी राजा जी स्पीकर साहब जी मैं गल कर रहा लॉ एंड ऑर्डर दी हर व्यक्ति ये गल कहिंदा है कल होला मल्ला सीगा जी एक व्यक्ति तुसी देखिया होना है कि किस तरह उस बंदे नू किस निर्दयी तरीके दे नाल मारिया गया ते मैं उहदी मां दी वीडियो सुन रहा सी जी सिद्धू मूसेवाला तां एक साल हो गया सर 19 तरीक नू बरसी है उस साडे भरा दी कल जेड़ा होला महला विखे होया हुण तां 2 महीने नहीं होए हुण साल हो गया जनाब और मैं इस गल दा दोष नहीं ला रहा किसे ते भी सिद्धू मूसेवाला तुसी मरवाता जां किसे होर व्यक्ति ते लेकिन मैं एक मैं गल जड़ी मैं स्पीकर साहब जड़ी गल कर रहा है इन्हां ने गिनाता यार एक मिनट इन्हां ने गिनाता की शब्द बॉक्स मैं क्या किसी ने मैं यार वापस लैनू मैं की आख्या तुहाडी गल ओ मैं ये नहीं आख्या भाई भी तू मरवा दे मैं नहीं आख्या मैं एक मिनट मैं ये गल आख्या ही नहीं भी तुसी मरवाता मैं कदों आख्या जनाब और तुहानू सुनदा नहीं मैं नहीं कहा भी तुसी मरवाता राजा जी चेयर नू एड्रेस करो स्पीकर साहब मैं नहीं कह रहा भी मैं नहीं कह रहा एक मिनट लॉ एंड ऑर्डर की गल है जी मैं कल होले महल गल शॉर्ट रखियो दूजा नहीं बोलना हाँ सर फिर कंप्लीट कर दो अद्धा घंटा मैं एक मिनट ही कंप्लीट करनी बोलो कल मैं होले महल की गल की है और मैं नहीं किसी से दोष लाता भी सिद्धू मूसेवाला किसी ने सरकार ने कोई मरवाता या इन्होंने किसी को मरवाता लेकिन वापस तुसी कोई गल करनी चाहते हो थोड़ा ना नहीं लिया राजा जी अच्छा तुसी गल करनी चाहते हो मेरी बेनती है किनू फड़ लिया किनू नहीं फड़ लिया एक बच्चे की मां ते एक बच्चे का बाप वो आके धरने ते बैठ के जनाब वो ये मंग कर रहे एक बाप कह रहे हैं हालांकि कानून है भी जेड़े वारस जिस व्यक्ति का नाम लेंदे होण उन्हां नू मुकदमे च दर्ज किया जाए ਤੁਸੀਂ 100 ਹੋਰ ਬੰਦਿਆਂ ਦੇ ਨਾਂ ਲੈ ਲਓ ਪਰਚੇ 500 ਬੰਦੇ ਦੇ ਲੈ ਲਓ ਜੇ ਉਹਦੀ ਮਾਂ ਦੀ ਆਤਮਾ ਤੇ ਪਿਓ ਦੀ ਆਤਮਾ ਥੜਪ ਰਹੀ ਹੈ ਤੇ ਉਹ ਕਹਿ ਰਹੇ ਸਾਨੂੰ ਇਨਸਾਫ ਨਹੀਂ ਮਿਲਿਆ ਹਰ ਵਿਅਕਤੀ ਦਾ ਹੱਕ ਹੈ ਕਿ ਮੈਂ ਬਿਆਨ ਕਰਦਾ ਕਿ ਫਲਾਣੇ ਬੰਦੇ ਨੂੰ ਨਾਮਜ਼ਦ ਕੀਤਾ ਜਾਵੇ ਫਿਰ ਰੌਲਾ ਕੀ ਰਹਿ ਗਿਆ ਤੇ ਨਾਮਜ਼ਦ ਕਰ ਦਿਓ ਤੇ ਉਹਨਾਂ ਦੀ ਆਤਮਾ ਨੂੰ ਠੰਡ ਪਾ ਦਿਓ ਠੀਕ ਹੈ ਤੁਹਾਡੀ ਗੱਲ ਆ ਗਈ ਵਿਅਕਤੀ ਦਾ ਮਰਨ ਵਾਲੇ ਦਾ ਆ ਗਈ ਆ ਗਈ ਉਹਦਾ ਜਿਹੜਾ ਗਵਾਹ ਹੁੰਦਾ ਉਹਦੀ ਮਾਂ ਤੇ ਆ ਗਈ ਗੱਲ ਆ ਗਈ ਢਾਲੀਵਾਲ ਸਾਹਿਬ एक साल साधी सरकार एक साल ਨੱਤੀ ਬੰਦੇ ਫੜੇ ਦੋ ਦਾ ਐਨਕਾਊਂਟਰ ਕੀਤਾ ਪੰਜ ਨੂੰ ਅਸੀਂ ਲੱਭ ਰਹੇ ਸੁਣੋ ਮੇਰੀ ਗੱਲ ਬਾਜਵਾ ਸਾਹਿਬ ਪ੍ਰਧਾਨ ਜੀ ਬੋਲ ਰਹੇ ਪ੍ਰਧਾਨ ਜੀ ਸੁਣੋ ਉਹ ਮਾਰਾ ਗੱਲ ਤਾਂ ਸੁਣੋ ਤਾਲੀਵਾ ਸਾਹਿਬ ਇੱਧਰ ਗੱਲ ਤਾਂ ਸੁਣੋ ਹੁਣ ਕਰ ਲੈਣ ਉਹ ਗੱਲ ਤਾਂ ਸੁਣੋ ਤਾਲੀਵਾ ਸਾਹਿਬ ਕੀ ਤੁਸੀਂ ਗੱਲ ਚੇਅਰ ਨੂੰ ਐਡਰੈਸ ਕਰੋ ਚੇਅਰ ਨੂੰ ਰਾਜਾ ਜੀ ਸਾਥੀ ਤੁਸੀਂ ਗੱਲ ਸੁਣੋ ਰਾਜਾ ਜੀ कल सिद्धू मूसेवाला जी दे माता पिता नूं मिलिया मानसा ते मैनूं भेजिया मान साहब ने कहा कि पूरा इंसाफ देंगे 20 तरीक तो बाद
मान साहब दे नाल उस परिवार की मीटिंग हो। असि जो सारा काम कर रहे हैं, प्रधान जी कह रहे, कांग्रेस के प्रधान कह रहे, कहते जी ओ मां ते प्यो दियां आंदरां नूं शांत कर दो सर, जवान पुत मरिया उन्हां दा, जवान पुत मरिया साडी कांग्रेस दे कालियां ने 80 तों बाद हजारां लोकां दी लाशां ते ज़ियारत कीती है सर, हजारां लोकां दी ज़ियारत कीती उन्हां ने। ਸਾਡੀ ਇਹ ਕਹਿਣ ਮੇਰੀ ਗੱਲ ਦਾ ਜਵਾਬ ਦਿਓ, ਸਾਡੀ ਮੇਰੀ ਗੱਲ ਦਾ ਜਵਾਬ ਦਿਓ, ਸਾਡੀ ਜਵਾਬ ਤਾਂ ਦਿਓ, ਜਵਾਬ ਤਾਂ ਦਿਓ, ਤੂੰ ਸੁਣੋ ਨਹੀਂ ਸਰ, ਤਾਂ ਸੁਣੋ ਨਹੀਂ, ਤੁਸੀਂ ਸੁਣੋ ਨਹੀਂ, ਆ ਸੁਣੋ ਨਹੀਂ, ਇਹਨਾਂ ਨੂੰ ਸੁਣ ਕੇ ਸੁਣ ਤਾਂ ਲਓ, ਆ ਕਿੱਥੇ ਚੱਲ ਰਿਹਾ ਨਾ, ਉਹ ਸੁਣੋ ਬਾਬਾ ਸਾਹਿਬ ਸੁਣੋ, ਇੱਧਰ ਆਓ, ਇੱਧਰ ਆ ਜਰਾ ਸੁਣੋ, ਤੁਹਾਨੂੰ ਸੁਣਾਈਏ, ਮੀਟ ਆ ਜਾ ਇੱਧਰ, ਮੀਟ ਹੇਅਰ, ਗੁਰਮੀਤ ਸਿੰਘ ਮੀਟ ਹੇਅਰ, ਤਾਲੀਆਂ ਤੇ ਬੈਠੇ ਤੁਸੀਂ, ਤੁਹਾਡੀ ਗੱਲ ਆ ਗਈ, ਤੁਹਾਡੀ ਗੱਲ ਆ ਗਈ, ਤੁਹਾਡੀ ਗੱਲ ਆ ਗਈ, ਬੈਠੋ ਬੈਠੋ, ਤਾਲੀਆਂ ਤੇ ਬੈਠੋ, ਮੀਤ ਜੀ ਨੂੰ ਬੋਲਣ ਦਿਓ, ਮੀਤ ਜੀ ਬੋਲੋ ਤੁਸੀਂ, ਨਾਰੇ ਰਿਕਾਰਡ ਨਾ ਕੀਤੇ ਜਾਣ, ਜੋ ਵੀ ਕੁਝ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਉਹ ਰਿਕਾਰਡ ਨਾ ਕੀਤਾ ਜਾਵੇ, ਬੇਨਤੀ ਕਰਦਾ ਕਿ ਬੈਠੋ, ਮਾਣਯੋਗ ਮੰਤਰੀ ਜੀ ਨੇ ਬੋਲਣਾ ਹੈ, ਮੀਤ ਜੀ ਨੇ ਬੋਲਣਾ, ਉਹਨਾਂ ਨੂੰ ਬੋਲਣ ਦਿਓ, ਮੀਤ ਜੀ ਬੋਲੋ, ਬੈਠੋ ਧਾਲੀਵਾਲ ਸਾਹਿਬ, ਸਪੀਕਰ ਸਾਹਿਬ ਕੱਲ ਵੀ ਇੱਥੇ ਲਾ ਐਂਡ ਆਰਡਰ ਦਾ ਜ਼ਿਕਰ ਹੋਇਆ, ਅੱਜ ਵੀ ਵੜਿੰਗ ਸਾਹਿਬ ਨੇ ਕਿਹਾ ਕਿ ਕੱਲ ਉੱਥੇ ਚੱਲੋ, ਹੋਲੇ ਮਹੱਲੇ ਤੇ ਚੱਲੋ, ਇੱਕ ਨੌਜਵਾਨ ਦਾ ਜਿਹੜਾ ਚੱਲੋ ਸੀਟ ਤੇ ਚੱਲੋ, ਉਹ ਕਤਲ ਹੋਇਆ ਸੀਟ ਤੇ ਚੱਲੋ, ਸਰ ਸਾਨੂੰ ਬੜਾ ਦੁੱਖ ਹੈ ਕਿ ਜਿਹੜਾ ਉਹ ਨੌਜਵਾਨ ਦਾ ਜਿਹੜਾ ਇਸ ਤਰ੍ਹਾਂ ਕਤਲ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਸੀ, ਪਰ ਸਰ ਮੈਂ ਸਾਡੇ ਆਪੋਜੀਸ਼ਨ ਦੇ ਸਾਥੀਆਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਕਿਤੇ ਸਾਜੁਕ ਸੀ, ਕੋਈ ਕਿਸ ਨਾਲ ਨਹੀਂ ਸੀ ਲੜਦਾ, ਕਿ ਕੋਈ ਪੰਜਾਬ 'ਚ ਕਤਲ ਨਹੀਂ ਸੀ ਹੁੰਦੇ, ਸਰ ਆਹ ਪਿਛਲੇ 12 ਸਾਲ ਦਾ ਮੇਰੇ ਕੋਲ ਰਿਕਾਰਡ ਹੈ ਪੰਜਾਬ ਦਾ, ਜਿਹੜਾ ਪੁਲਿਸ ਦਾ ਅਫੀਸ਼ੀਅਲ ਰਿਕਾਰਡ ਹੈ, ਕੋਈ ਸਾਡਾ ਨਹੀਂ, ਇਹਦੇ 'ਚ ਸਰ 2010 'ਚ ਪੰਜਾਬ 'ਚ 907 ਕਤਲ ਹੁੰਦੇ ਆ, 11,442 ਹੁੰਦੇ ਆ, 12,455 ਹੁੰਦੇ ਆ, 13,711 ਹੁੰਦੇ ਆ, 14,767 ਹੁੰਦੇ ਆ, 15,701 ਹੁੰਦੇ ਆ, 16,771 ਹੁੰਦੇ ਆ, 17,669 ਹੁੰਦੇ ਆ, 18,684 ਹੁੰਦੇ ਆ, 19,679 ਹੁੰਦੇ ਆ, 20,757 ਹੁੰਦੇ ਆ, 21,723 ਹੁੰਦੇ ਆ, ਤੇ ਸਰ ਐਤਕੀ 679। ਮੇਰੇ ਕਹਿਣ ਦਾ ਭਾਵ ਹੈ ਕਿ ਐਵਰੇਜ ਡੇਲੀ 2 ਕਤਲ ਪਿਛਲੇ 13 ਸਾਲ ਤੋਂ ਪੰਜਾਬ ਦੇ ਵਿੱਚ ਹੋ ਰਿਹਾ, ਤੇ ਸਰ ਉਦੋਂ ਪਹਿਲਾਂ ਵੀ, ਇਹ ਤਾਂ ਮੈਂ ਤੁਹਾਨੂੰ ਪਿਛਲੇ 13 ਸਾਲ ਦਾ ਡਾਟਾ ਦਿੱਤਾ, ਜੇ ਪਿਛਲੇ 13 ਸਾਲ ਦਾ ਵੀ ਸਰ ਕੰਪੈਰੀਜ਼ਨ ਕਰੀਏ ਤਾਂ ਐਤਕੀ ਜਿਹੜਾ 2022 ਹੈ ਇਹ ਸਰ ਲੋਐਸਟ ਹੈ, ਪਿਛਲੇ 13 ਸਾਲ ਦੇ ਵਿੱਚ ਸੈਕਿੰਡ ਲੋਐਸਟ ਹੈ ਇਹ। ਸੈਕਿੰਡ ਲੋਐਸਟ ਹੈ ਇਹ ਸਾਲ, ਕਿਉਂਕਿ ਮਹੀਨੇ ਦੇ ਐਵਰੇਜ 55-60 ਕਤਲ ਪਿਛਲੇ 12-13 ਸਾਲ ਦਾ ਸਰ ਮੈਂ ਰਿਕਾਰਡ ਤੁਹਾਡੇ ਸਾਹਮਣੇ ਜਿਹੜਾ ਪੇਸ਼ ਕੀਤਾ, ਪਰ ਰੋਜ਼ ਬਦਨਾਮ ਜਿਹੜਾ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੀਤਾ ਜਾ ਰਿਹਾ ਜੀ, ਤੁਹਾਡੀ ਸਰਕਾਰ 'ਚ ਹੋ ਰਿਹਾ ਸਰ। ਵੱਡੀ ਗੱਲ ਇਹ ਹੈ, ਕਤਲ ਇਹਨਾਂ ਸਮੇਂ ਵੀ ਹੁੰਦੇ ਰਹੇ ਆ, ਪਰ ਵੱਡੀ ਗੱਲ ਇਹ ਹੈ ਕਿ ਇਹਨਾਂ ਦੇ ਸਮੇਂ, ਮੈਂ ਪਿਛਲੇ ਸਾਲ 5 ਸਾਲ ਵਿਧਾਨ ਸਭਾ ਦਾ ਮੈਂਬਰ ਰਿਹਾ, ਤੁਸੀਂ ਵੀ ਰਹੋ ਸਰ, ਰੋਜ਼ ਇੱਥੇ ਇਲਜ਼ਾਮ ਲੱਗਦੇ ਸੀ, ਉੱਧਰ ਲੇਧਰ ਲਾਉਂਦੇ ਸੀ ਵੀ ਤੇਰੀ ਫਲਾਣਾ ਗੈਂਗਸਟਰ ਦੀ ਤੂੰ ਪੁਸ਼ਤ ਪਣਾਹੀ ਕਰਦਾ ਰਿਹਾ, ਤੇਰੀ ਫਲਾਣੇ ਨਾਲ ਸਾਂਝ ਹੈ ਸਾਡੇ। ਸਰ ਇੱਕ ਵਾਰ ਕਿਸੇ ਵਾਲੇ ਉਂਗਲ ਕਰਕੇ ਨਹੀਂ ਕਹਿ ਸਕਦੇ ਭਾਈ ਤੁਸੀਂ ਕਿਸ ਨੂੰ ਪੁਸ਼ਤ ਪਣਾਹੀ ਕਰਦੇ ਹੋ, ਕਿੱਦਾਂ ਸਾਥ ਦਿੰਦੇ ਹੋ ਸਰ। ਵੱਡੀ ਗੱਲ ਇਹ ਹੈ ਕਿ ਅੱਜ ਦੇ ਸਮੇਂ ਕੋਈ ਪੰਜਾਬ 'ਚ ਕ੍ਰਾਈਮ ਕਰਨ ਦੀ ਕੋਸ਼ਿਸ਼ ਕਰਦਾ, ਕੋਈ ਪੰਜਾਬ 'ਚ ਕਾਨੂੰਨ ਨੂੰ ਹੱਥ ਲੈਣ ਦੀ ਕੋਸ਼ਿਸ਼ ਕਰਦਾ, ਉਹਦੀ ਪੁਸ਼ਤ ਪਣਾਹੀ ਨਹੀਂ ਹੁੰਦੀ, ਉਹਦੇ 'ਤੇ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਂਦੀ ਹੈ। ਬਾਕੀ ਸਰ ਕ੍ਰਾਈਮ ਇੱਥੇ ਸਦੀਆਂ ਤੋਂ ਹੁੰਦਾ ਰਿਹਾ, ਇਹ ਸੁਸਾਇਟੀ ਦਾ ਇੱਕ ਅੰਗ ਹੈ, ਇਹ ਹੁੰਦਾ ਆਇਆ, ਅੱਜ ਵੀ ਹੋ ਰਿਹਾ, ਅਤੇ
आने वाले समय च भी हुंदा रहूगा। तो वड्डी गल है कि सरकार की जिम्मेवारी हुंदी है कि क्राइम करने वाले बंदे ते जिहड़ी है वह कार्रवाई है वह की जाए। तो दूजी गल सर जी, क्योंकि अच्छ भाजपा वाले भी बाहर प्रोटेस्ट कर लगे हुए हैं लॉ एंड ऑर्डर से, अमन जी ने भी कहा कि जिते अच्छ पंजाब क्राइम हो रहा है सर लोग कितों आ रहे हैं जी, जिथे इन्हों सरकार ने नर्सरी बने हुए हैं। जिन्हें गैंगस्टर अज यूपी क्राइम होंगे जे राजस्थान क्राइम होंगे सारे शूटर तो हरियाणे तो जाते हैं। तो सर मैं कल भी कहा कि नैशनल क्राइम रेट जिहड़ा NCRB का डाटा पंजाब 17वें नंबर पर है, तो जिहड़ा विद गोली आर्म्ड वैपन ना जिहड़ा क्राइम होंगे जो नैशनल एवरेज 4.8 है तो साड़ी 1.4 है, तो इन्हां दे हरियाणा की 6 है, यूपी की 13, तो राजस्थान की सर 17-18 के नेड़े है, तो पंजाब तो कितने भी नहीं जी। तो रोज़ जिहड़ा बदनाम है वह पंजाब नूं कीता जा रहा है। तो सर क्योंकि खांदे पंजाब दा ने, जम्मे पंजाब च ने, इन्हां नूं पंजाबी दुनिया च कितने भी बैठे आ जो पंजाब नूं इह बदनाम कर रहे हैं, पंजाब की जवानी नूं, पंजाब दे नौजवानां नूं एक दो इंसीडेंटा करके सर इन्हां नूं पंजाबी माफ नहीं करनगे, क्योंकि अज दुनिया देख रही है कि किस तरह रोज़ यह पंजाबी होकर पंजाब नूं भंडन लगे हुए। थोनू पहले 16 सूबे नहीं दिखते, कला पंजाब पंजाब पंजाब, इन्हां दे समय की सी, इन्हां दा यूथ दा प्रधान गुरलाल बराड़ो का कतल होया जी, विक्की मिडूखेड का कतल होया, तो मैं कल भी जिक्र किया सुखा कालवा का पुलिस कस्टडी च कतल होया, की कुछ पंजाब हुंदा रहा यह सारा कुछ होने होने लगे। सो सर रोज़ जिहड़ी इह पंजाब नूं बदनाम करन दी कोशिश हो रही है, मैं दोबारा कहना पंजाबी इन्हां नूं भी देख रहे हैं, तो साढ़े मुख्यमंत्री साहब ते सानूं माण है कि जो भी पंजाब च माहौल खराब करन दी कोशिश करदा है, कानून नूं हत्थ लैण दी कोशिश करदा है, सख्त तो सख्त कार्रवाई उन्हां ते हो रही है। थैंक यू।